ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਨੂੰ ਬੜੀ ਖੁਸ਼ੀ ਹੈ ਜੀ ਕਿ ਅਸੀਂ ਅਖੰਡ ਕੀਰਤਰੀ ਜੱਥੇ ਦੇ ਸਮਾਗਮ 'ਚ ਇੱਥੇ ਅੰਮ੍ਰਿਤਸਰ ਵਿਸਾਖੀ ਦੇ ਸਮਾਗਮ ਔਰਗੈਨਿਕ ਲੰਗਰ ਵਰਤਾਇਆ ਹੈ ਭਾਂਡੇ ਵੀ ਸਟੀਲ ਦੇ ਵਰਤੇ ਹਨ ਥਰਮੋਕੋਲ ਦੇ ਭਾਂਡੇ ਬਿਲਕੁਲ ਅਸੀਂ ਬੰਦ ਕਰਤੇ ਹੈ ਵਰਤਣੇ ਇਹਦਾ ਮੇਨ ਜੋ ਮੋਟਿਵ ਹੈ ਉਹ ਇਹੀ ਹੈਗਾ ਕਿ ਸਾਰੇ ਪਾਸੇ ਲੰਗਰ ਵਿੱਚ ਔਰਗੈਨਿਕ ਲੰਗਰ ਦੀ ਹੀ ਵਰਤੋਂ ਕੀਤੀ ਜਾਵੇ ਇਨਸੈਕਟੀਸਾਈਡ ਪੈਸਟੀਸਾਈਡ ਜਾਂ ਜਿਹੜੇ ਫਰਟੀਲਾਈਜ਼ਰਸ ਨਾਲ ਬਣਾਇਆ ਹੋਇਆ ਜਿਹੜੇ ਪਦਾਰਥਾਂ ਨੂੰ ਯੂਜ਼ ਨਾ ਕੀਤੇ ਜਾਣ ਉਹਨਾਂ ਦੀ ਵਰਤੋਂ ਨਾ ਹੋਵੇ ਬੜਾ ਇਨਕਰੇਜਿੰਗ ਰਿਸਪੋਂਸ ਮਿਲਿਆ ਹੈ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਵੀ ਹਰ ਸਮਾਗਮ 'ਤੇ ਪੂਰੀ ਤਰ੍ਹਾਂ ਨਾਲ ਔਰਗੈਨਿਕ ਲੰਗਰ ਹੀ ਵਰਤਿਆ ਜਾਵੇ ਔਰ ਸਟੀਲ ਦੇ ਬਰਤਨ ਹੀ ਯੂਜ਼ ਕੀਤੇ ਜਾਣ ਇਹ ਬੜਾ ਇੰਪੋਰਟੈਂਟ ਮੈਸੇਜ ਹੈ ਸੰਗਤ ਵਾਸਤੇ ਸਿੱਖ ਸੰਗਤ ਵਾਸਤੇ ਔਰ ਪੰਥ ਵਾਸਤੇ ਵੀ ਕਿ ਜਿਹੜੇ ਇਨਔਰਗੈਨਿਕ ਜਿਹੜਾ ਖਾਣਾ ਹੁੰਦਾ ਹੈ ਜਾਂ ਲੰਗਰ ਵਰਤਾਇਆ ਜਾਂਦਾ ਹੈ ਉਹ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ ਇਹਨਾਂ ਚੀਜ਼ਾਂ ਦੀ ਜਾਂ ਇੱਦਾਂ ਦੇ ਸਮਾਗਮਾਂ 'ਤੇ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਇਹਨੂੰ ਡਿਸਪਲੇ ਕਰਕੇ ਐਗਜ਼ਿਬਿਟ ਕਰਕੇ ਅਸੀਂ ਬੜਾ ਅੱਛਾ ਮੈਸੇਜ ਦੇ ਪਾਵਾਂਗੇ ਸੰਗਤ ਵਿੱਚ ਔਰ ਖਾਲਸੇ ਪੰਥ ਵਿੱਚ ਵੀ ਕਿ ਔਰਗੈਨਿਕ ਲੰਗਰ ਔਰ ਸਟੀਲ ਦੇ ਬਰਤਨ ਹੀ ਵਰਤੇ ਜਾਣ ਤਾਂ ਕਿ ਸਿਹਤ 'ਤੇ ਮਾੜਾ ਅਸਰ ਨਾ ਹੋਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ